ਐਵਰੀਵਨ, ਵੈਲਕਮ ਟੂ ਦ ਸੈਸ਼ਨ। ਐਸਟੀ ਕਲਾਸ ਚ ਇੱਕ ਨਵਾਂ ਟੌਪਿਕ ਲੈ ਕੇ ਆਈ ਆ ਜਿਹਦੇ ਵਿੱਚ ਅਕਸਰ ਸਾਨੂੰ ਪ੍ਰੋਬਲਮ ਹੁੰਦੀ ਹੈ ਕਿ ਜਦੋਂ ਕੋਈ ਇੰਗਲਿਸ਼ ਦੇ ਵਿੱਚ ਟਾਈਮ ਦੱਸਦਾ ਹੈ ਜਾਂ ਪੁੱਛਦਾ ਹੈ ਤਾਂ ਉਹਦਾ ਜਵਾਬ ਕਿਵੇਂ ਦੇਣਾ ਹੈ। ਤਾਂ ਚਲੋ ਇੱਕ ਈਜ਼ੀ ਐਗਜ਼ਾਮਪਲ ਲੈ ਕੇ ਦੱਸਦੇ ਹਾਂ। ਜਿਵੇਂ 9 ਵੱਜਦੇ, ਠੀਕ ਹੈ, ਤਾਂ ਆਪਾਂ ਕਹਿੰਦੇ ਹਾਂ 9 o'clock। 9:05 ਤੇ ਆਪਾਂ ਕਹਿੰਦੇ ਹਾਂ 5 past 9। ਕਹਿਣ ਦਾ ਮਤਲਬ 5 ਮਿੰਟ ਨਿਕਲ ਗਏ ਨੇ 9 ਵਜੇ ਨੂੰ। 9:10 ਤੇ ਆਪਾਂ ਕਹਿੰਦੇ ਹਾਂ 10 past 9। 9:15 ਤੇ ਆਪਾਂ ਇਹ ਨਹੀਂ ਕਹਿੰਦੇ 15 past 9, ਆਪਾਂ ਕਹਿੰਦੇ ਹਾਂ 9:15। 9:20 ਤੇ ਆਪਾਂ ਕਹਿੰਦੇ ਹਾਂ 20 past 9। 9:25 ਤੇ ਕਿਹਾ ਜਾਂਦਾ ਹੈ 25 past 9। 9:30 ਕਿਹਾ ਜਾਂਦਾ ਹੈ 9:30, ਯਾਨੀ ਅੱਧਾ ਘੰਟਾ ਲੱਗ ਗਿਆ ਹੈ 9 ਵਜੇ ਨੂੰ। 9:35 ਤੇ ਆਪਾਂ ਕਹਿੰਦੇ ਹਾਂ 25 to 10, ਯਾਨੀ 25 ਮਿੰਟ ਰਹਿੰਦੇ ਨੇ 10 ਵਜੇ ਨੂੰ। ਉਵੇਂ ਹੀ 9:40 ਤੇ ਕਹਿੰਦੇ ਹਾਂ 20 to 10, ਕਹਿਣ ਦਾ ਮਤਲਬ 20 ਮਿੰਟ ਰਹਿ ਗਏ 10 ਵਜੇ ਨੂੰ। 9:45 ਤੇ ਕਿਹਾ ਜਾਂਦਾ ਹੈ 9:45, ਮਤਲਬ 10 ਵਜੇ ਨੂੰ 15 ਮਿੰਟ ਰਹਿ ਗਏ। 9:50 ਤੇ ਆਪਾਂ ਕਹਿੰਦੇ ਹਾਂ 10 to 10, ਯਾਨੀ 10 ਮਿੰਟ ਰਹਿ ਗਏ 10 ਵਜੇ ਨੂੰ। ਤੇ 9:55 ਤੇ ਕਹਿੰਦੇ ਹਾਂ 5 to 10, 5 ਮਿੰਟ ਰਹਿ ਗਏ 10 ਵਜੇ ਨੂੰ। ਤੇ ਜਦ 10 ਵਜ ਜਾਂਦੇ ਉਦੋਂ ਆਪਾਂ ਕਹਿੰਦੇ ਹਾਂ 10 o'clock। 9:30 ਵਜੇ ਤੱਕ ਪਾਸਟ ਯੂਜ ਕਰਦੇ ਹਾਂ ਮਤਲਬ, ਤੇ ਉਸ ਤੋਂ ਬਾਅਦ ਜਦ ਹੋ ਜਾਂਦਾ ਫਿਰ ਆਪਾਂ 10 ਨੈਕਸਟ ਆਰ ਦੇ ਆਲੇ ਦੁਆਲੇ ਇਨਫੋਰਮੇਸ਼ਨ ਦਿੰਦੇ ਹਾਂ। ਤੇ ਆਈ ਹੋਪ ਇਹ ਤੁਹਾਡੇ ਲਈ ਯੂਸਫੁਲ ਰਿਹਾ ਹੋਏਗਾ। ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਿਓ। ਫਿਰ ਮਿਲਾਂਗੇ, ਟਿਲ ਦੈਨ ਟੇਕ ਕੇਅਰ, ਬਾਏ ਬਾਏ।